ਹਾਂਜੀ ਬਾਬੇ ਉਹ ਮਨਾਲੀ ਪਹੁੰਚ ਚੁੱਕੇ ਆ ਸਾਰੇ ਵੀਜ਼ਾ ਲੱਗਦਾ ਨਹੀਂ ਵੀਜ਼ਾ ਲੱਗਦਾ ਨਹੀਂ ਇੱਥੇ ਗੋਰੀਆ ਦੇ ਰੋ ਸਾਡਾ ਤਾਂ ਇੱਥੇ ਕੈਨੇਡਾ ਇੰਗਲੈਂਡ ਆ ਇਹ ਭਾਜੀ ਮੇਰਾ ਟੂਰ ਰਾਈਡਰ ਭਰਾਵਾ ਮੈਨੂੰ ਰਾਈਡਰ ਨਹੀਂ ਹੁੰਦਾ ਗਾਈਡਰ ਹੁੰਦਾ ਚੱਲ ਗਾਈਡਰ ਜੋ ਵੀ ਆ ਯਾਰ ਤੁਸੀਂ ਬੜੇ ਭਾਜੀ ਆ ਮੈਨੂੰ ਬਾਹਰ ਕਲਪ ਗਿਆ ਚੱਲ ਚੱਲ ਕਿਆ ਮਾਲ ਰੋਡ ਤੇ ਮੈਂ ਤਾਂ ਇੱਕ ਗੱਲ ਸੋਚਦਾ ਜਿੰਨੇ ਬੰਦੇ ਥੱਲੇ ਨੂੰ ਜਾਂਦੇ ਹਾਂ ਉਨੇ ਬੰਦੇ ਉੱਪਰ ਨੂੰ ਜਾਈ ਜਾਂਦੇ ਸਾਲੇ ਆ ਜਾ ਕਿੱਧਰ ਨੂੰ ਰਹੇ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਹੁਣ ਬਾਬੇ ਮਨਾਲੀ ਨਹੀਂ ਉਹਦਾ ਤੇ ਆਪਾਂ ਕੰਮ ਕਰ ਜੋ ਆਪਣਾ ਵਕਤ ਕੱਢੋ ਆਪਣੀ ਜ਼ਿੰਦਗੀ ਵੀ ਜੀਓ ਕਰੋ ਕੰਮ ਕਰ ਵੀ ਜ਼ਰੂਰੀ ਆ ਪਰ ਇਹ ਲਾਈਫ ਦੇ ਪੱਲ ਵੀ ਮੁੜ ਕੇ ਫੇਰ ਨਹੀਂ ਆਉਂਦੇ ਇਸ ਲਈ ਚਿੱਲ ਕਰੋ ਨਜ਼ਾਰੇ ਲਿਆ ਕਰੋ ਸੌਣ ਸੌਣ ਦਾ ਟਾਈਮ ਥੋੜੀ ਉਹ ਦੋਵਾਂ ਸੌਣਦੀ ਆ ਜਦੋਂ ਮਰ ਜਾਂਦਾ ਬੰਦਾ ਸੌਂਦਾ ਹੀ ਓਵੇਂ ਗੋਲੀ ਮੋਟ ਡਾਕਟਰ ਜੀ ਕਿਦਾਲ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਘੈਂਟ ਹੋ ਕੈਮ ਹੋ ਖੁਸ਼ ਹੋਵੋਗੇ ਸੋ ਬਾਬਿਓ ਆਪਣਾ ਟ੍ਰਿਪ ਬਹੁਤ ਵਧੀਆ ਚੱਲ ਰਿਹਾ ਤੁਸੀਂ ਮੌਸਮ ਦੇਖ ਸਕਦੇ ਆ ਆਲੇ ਦੁਆਲੇ ਧੁੰਦ ਪਈ ਆ ਪੂਰੀ ਗੱਲਬਾਤ ਠੰਡ ਪੂਰੀ ਆ ਤੇ ਹੁਣ ਆਪਣੇ ਵਲੌਗ ਬੜੇ ਘੈਂਟ ਹੋ ਨੇ ਚੈਨਲ ਨੂੰ ਕਰ ਲਓ ਸਿੱਧੇ ਸਿੱਧੇ ਸਬਸਕ੍ਰਾਈਬ ਕੋਈ ਜਣਾ ਪਿੱਛੇ ਰਹਿ ਨਾ ਜਾਵੇ ਤੇ ਹੁਣ ਆਪਾਂ ਚੱਲੇ ਆ ਮਨਾਲੀ ਨੂੰ ਤੇ ਮਨਾਲੀ ਜਾ ਕੇ ਤੁਹਾਨੂੰ ਦਿਖਾਉਂਦੇ ਆ ਵਿਊ ਸਾਰਾ ਮਨੀ ਭਾਜੀ ਤੂੰ ਵੀ ਕਹਿ ਦੇ ਇੱਕ ਵਾਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮੁੰਡਾ ਖੜਿਆ ਹੀ ਰਹਿੰਦਾ ਜਦੋਂ ਮਰਜੀ ਦੇਖ ਲੋ ਲੈ ਲੈ ਚੁੱਪਰ ਆ ਪੂਰਾ ਲੋ ਵੀ ਲਗੇਜ ਆਪਣਾ ਰੈਡੀ ਆ ਪਰ ਥੋੜਾ ਸਮਾਨ ਹੀ ਰੱਖਿਆ ਵਾਧੂ ਨਹੀਂ ਵਨ ਵਾਈਟ ਆਪਣਾ ਬੰਦੇ ਆ ਆ ਉੱਪਰ ਓਨਰ ਜੀ ਖੜੇ ਆ ਮਾਸੀ ਉਹ ਸੀਰੀ ਓਏ ਰੱਖ ਸਮਾਨ ਛੇਤੀ ਛੇਤੀ ਚੜੀਏ ਲੇਟ ਵੀ ਹੋਣਾ ਅਰੇ ਮੇਰੇ ਹੱਥ ਚ ਵੀ ਹੈਗਾ ਪਰ ਤੂੰ ਮੇਰਾ ਸੀਰੀ ਆ ਮੇਰਾ ਪਰਸਨਲ ਤੂੰ ਆ ਮੇਰਾ ਕੁਲੀ ਰੱਖ ਸਮਾਨ ਚਲੀਏ ਲੇਟ ਹੋਈ ਜਾਂਦੇ ਆ ਰੱਖ ਵੇ ਚਲੀਏ ਕਿੱਥੇ ਬਹਿਣਾ ਕੁਲੀ ਸਾਹਿਬ ਫੇਰ ਕੀ ਆ ਸਮਾਨ ਤਾਂ ਚੱਕਣਾ ਹੀ ਆ ਹੁਣ ਕੱਪੜੇ ਵੀ ਪਾਣੇ ਆ ਗੱਲਾਂ ਬਾਤਾਂ ਦਾ ਓਕੇ ਕੀ ਗੱਲ ਬਣੀ ਬਣ ਗਈ ਗੱਲ ਜਿਹੜੀ ਬਣੀ ਸੀ ਬਣ ਗਈ ਬਰੋ ਬਸ ਰੋਣਗਾ ਨੂੰ ਲਾ ਪੈਣਾ ਇੱਕ ਮਿੰਟ ਜਦੋਂ ਬਸ ਲੱਭ ਲਾ ਜੇ ਯਾਰ ਸਾਰੀ ਉਮਰ ਰੋਂਦੇ ਨੇ ਕੱਢ ਦੇਣੀ ਤਾਂ ਸੁਣਨ ਵਾਲੀ ਗੱਲ ਆ ਜੀ ਬੰਦੇ ਨੇ ਕੱਲ ਹਿਮਾਚਲੀ ਬੰਦੇ ਤੋਂ ਵੀ ਟਿਚਰਾਂ ਲਵਾ ਲੀਆਂ ਹਿਮਾਚਲ ਜਾ ਕੇ ਵੀ ਲੱਸੀ ਕਰਾਈ ਆ ਕਲਪ ਗਿਆ ਚੱਲ ਚੱਲ ਕੁਲੀ ਯਾਰ ਮੈਨੂੰ ਬਸ ਚੜਾ ਗੱਲਬਾਤ ਪੂਰੀ ਦੇਖੋ ਘਰ ਕਿੱਦਾਂ ਪਾ ਕਿੱਦਾਂ ਚੜੇ ਮਨਾਲੀ ਨਹੀਂ ਹਾਂਜੀ ਬਾਬੇ ਉਹ ਮਨਾਲੀ ਪਹੁੰਚ ਚੁੱਕੇ ਆ ਦੁਪਹਿਰ ਦੇ ਵੱਜ ਗਏ 2 ਬਹੁਤ ਧੱਕੇ ਖਾ ਕੇ ਅੱਜ ਆਏ ਕੱਲ ਤਾਂ ਬਸ ਬਹੁਤ ਘੈਂਟ ਸੀਗੀ ਗੱਲ ਬਸ ਐ ਸੁੱਤੇ ਪਏ ਆਏ ਅੱਜ ਇੱਕ ਬਸ ਪੋਸਟ ਨਾਲ ਇੰਨੀ ਭਰੀ ਪਈ ਸੀਗੀ ਇੰਨੀ ਸਫੋਕੇਸ਼ਨ ਸੀਗੀ ਪਰ ਫੇਰ ਵੀ ਆ ਗਏ ਧੱਕੇ ਨਾਲ ਤੇ ਹੁਣ ਇੱਥੇ ਪਹਿਲਾਂ ਰੂਮ ਹੀ ਨਹੀਂ ਮਿਲਦਾ ਸੀ ਕਿਤੇ ਮਸੀ ਜਾ ਕੇ ਆਹ ਰੂਮ ਮਿਲਿਆ ਤੁਹਾਨੂੰ ਰੂਮ ਅੰਦਰੋਂ ਦਿਖਾਉਂਦੇ ਹਾਂ ਕਿੱਦਾਂ ਦਾ ਬਾਕੀ ਫੇਰ ਮਨਾਲੀ ਘੁੰਮਦੇ ਹਾਂ ਹਜੇ ਰੋਟੀ ਪਾਣੀ ਖਾਣਾ ਸਵੇਰ ਤਾਂ ਕੁਛ ਖਾਧਾ ਨਹੀਂ ਬਸ ਇੱਦੇ ਤੁਰੇ ਹਾਂ ਸਫ਼ਰ ਕਰਕੇ ਬਾਬੇ ਆਹ ਰੂਮ ਮਿਲਿਆ ਘੰਟਾ ਇੰਨੀ ਮਿਹਨਤ ਕਰਕੇ ਲੱਭ ਲੁੱਭ ਕੇ ਹਾਂਜੀ ਮਾਨਕ ਜੀ ਕਿੱਦਾਂ ਭਾਜੀ ਥੱਕੇ ਤਾਂ ਨਹੀਂ ਬਾਕੀ ਮਿਲਦੇ ਹਾਂ ਤੁਹਾਨੂੰ ਰੋਟੀ ਪਾਣੀ ਖਾ ਕੇ ਬਾਕੀ ਤੁਸੀਂ ਵਿਊ ਚੈੱਕ ਕਰੋ ਹੋਟਲ ਤੋਂ ਬਾਅਦ ਬਿਲਡਿੰਗਾਂ ਹੀ ਬਿਲਡਿੰਗਾਂ ਆਲੇ ਦੁਆਲੇ ਪਹਾੜ ਹੈ ਪਹਾੜ ਉਹ ਦੇਖੋ ਤੁਸੀਂ ਬਰਫ਼ ਪਈ ਕੱਲ ਨੂੰ ਚੱਲਦੇ ਹਾਂ ਰਾਈਡ ਕਰਨ ਕਿਤੇ ਬਾਕੀ ਅੱਜ ਬੱਦਿਆਂ ਨੂੰ ਪੁੱਛਦੇ ਹਾਂ ਕੀ ਚੱਕਰ ਪੈਂਦਾ ਆਹ ਦੇਖੋ ਗੱਡੀਆਂ ਗੁੱਡੀਆਂ ਖੜੀਆਂ ਪੂਰੀਆਂ ਬਾ ਤੁਹਾਨੂੰ ਓਲਡ ਮਨਾਲੀ ਵੀ ਦਿਖਾਉਂਦੇ ਹਾਂ ਆਹ ਦੇਖੋ ਪਹਾੜ ਲੈ ਤਾਂ ਅਲਵਾ ਸਿਰਾ ਮੱਠੀ ਮੱਠੀ ਠੰਡ ਆ ਹਾਂਜੀ ਪੰਜਾਬੀਓ ਕਰੰਟ ਲੋਕੇਸ਼ਨ ਮਾਰ ਰੋਡ ਦੇ ਗੱਬੇ ਬੈਠੇ ਆ ਮਨਾਲੀ ਦੇ ਚੌਬਰ ਹੋਣੀ ਹੁਣ ਧੁੱਪ ਸੇਕ ਰਹੇ ਆ ਤੇ ਮਨੀ ਭਾਜੀ ਹੁਣੀ ਆਪਣੇ ਨਾਲ ਹੁਣ ਹੋ ਗਈ ਧੰਨ ਧੰਨ ਭਾਜੀ ਹੁਣਾਂ ਨੇ ਆਉਂਦਿਆਂ ਨੇ ਅੱਤ ਕਰਾ ਦਿੱਤੀ ਕੁੜੀ ਸੈੱਟ ਕਰ ਲਈ ਪਲੀਜ਼ ਜਾਣਾ ਕਰਾ ਦੀ ਮੈਂ ਮੈਂ ਭਰਾ ਮਜ਼ਾਕ ਹੀ ਕਰਦਾ ਭਰਾ ਮਜ਼ਾਕ ਵੀ ਨਹੀਂ ਕਰ ਸਕਦੇ ਭਰਾਣਾ ਬਾਕੀ ਗੱਲਬਾਤ ਪੂਰੀ ਧੁੱਪ ਪੂਰੀ ਕੈਮ ਆ ਭਾਜੀ ਹੁਣ ਅਗਲੇ ਆਪਣੇ ਪਲਾਨ ਦੱਸ ਦਿਓ ਫਿਰ ਕਿੱਦਾਂ ਕਰਨੀ ਆ ਮੈਨੂੰ ਬਾਰ ਬਾਰ ਕਹੀ ਜਾਂਦਾ ਕਿ ਤੂੰ ਟੈਨਸ਼ਨ ਨੀ ਲੈਂਦਾ ਤੂੰ ਕੱਲ ਦਾ ਏਦੇ ਬੈਠਾ ਵਾ ਤੈਨੂੰ ਕੋਈ ਟੈਨਸ਼ਨ ਹੈ ਨੀ ਹੁਣ ਜਦ ਵੱਡੇ ਭਾਜੀ ਨਾਲ ਆ ਸਾਡੇ ਤਾਂ ਐਸੀ ਟੈਨਸ਼ਨ ਲੈ ਕੇ ਕੀ ਕਰਨਾ ਟੈਨਸ਼ਨ ਲੈ ਕੇ ਕੀ ਕਰਨਾ ਯਾਰ ਜਦ ਭਰਾ ਹੁਣੀ ਨਾਲ ਆ ਭਾਜੀ ਹੁਣੀ ਆਉਂਦੇ ਰਹਿੰਦੇ ਇੱਥੇ ਮਨੀ ਭਾਜੀ ਨਾਲ ਆਪਾਂ ਨੂੰ ਸੁੱਖ ਬੜਾ ਭਾਜੀ ਬਹੁਤ ਘੈਂਟ ਬੰਦਾ ਆਪਣਾ
ਲੰਡਨ ਤਾਂ ਬਾਬੇ ਇੱਥੇ ਬਣਿਆ ਪਿਆ ਵਾ ਲੈ ਤਾਂ ਗੋਰੀਆਂ ਫਿਰਦੀਆਂ ਆਲੇ ਦੁਆਲੇ ਬੁੜੀਆਂ ਗੋਰੀਆਂ ਨਹੀਂ ਬਾਬੇ ਇੱਕ ਪਹਿਲਾਂ ਵੀ ਗਈ ਸੀ ਗੋਰੀ ਬਾਕੀ ਗੱਲਬਾਤ ਹੈਗੀ ਆ ਵਾ ਕਿ ਪੰਜਾਬੀ ਤਾਂ ਤੁਰੀ ਫਿਰੀ ਜਾਂਦੇ ਇੱਥੇ ਸਾਰੇ ਵੀਜ਼ਾ ਲੱਗਦਾ ਨੀ ਇੱਥੇ ਗੋਰੀਆਂ ਦੇਖ ਲਓ ਸਾਡਾ ਤਾਂ ਇੱਥੇ ਕੈਨੇਡਾ ਇੰਗਲੈਂਡ ਆ ਮਣੀ ਭਾਜੀ ਨੂੰ ਹਜੇ ਵੀ ਭੁੱਖ ਲੱਗੀ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਖਾਣਾ ਕੀ ਹੈ ਕਦੀ ਇੱਧਰ ਕਦੀ ਉੱਧਰ ਘੁਮਾਈ ਜਾਂਦਾ ਦਾਦੇ ਕੀ ਖਾਣਾ ਭਰਾਵਾ ਫੇ ਮੈਨੂੰ ਭੁੱਖ ਲੱਗ ਜਾਣੀ ਆ ਇੱਕ ਤਾਂ ਮੁੰਡਾ ਰੱਜਦਾ ਹੀ ਨਹੀਂ ਲੈ ਤੁਰਿਆ ਦੇ ਕਿੱਦਾਂ ਫੇ ਹਾਂਜੀ ਬਾਬੇ ਉਹ ਖਾ ਪੀ ਕੇ ਹੁਣ ਬਾਹਰ ਬੈਠੇ ਸੀ ਧੁੱਪ ਵਧੀਆ ਮੱਠੀ ਮੱਠੀ ਜੀ ਆ ਐਨ ਸਰੂਰ ਜਿਹਾ ਵਧੀਆ ਹੈਗਾ ਲੱਗ ਰਿਹਾ ਆਪਾਂ ਬੈਠੇ ਹਾਂ ਹੁਣ ਕੁਰਸੀ 'ਤੇ ਅਤੇ ਬਾਬੇ ਉਹ ਇੱਕੋ ਗੱਲ ਕਹਿਣਾ ਚਾਹੁੰਦਾ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਆ ਕਰੋ ਲੋਕਾਂ ਦੇ ਨਾਲ ਜੀਆ ਕਰੋ ਕਿ ਲੋਕ ਤੁਹਾਡੇ ਲਈ ਕੀ ਹੋਣ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਸੈਟਿਸਫਾਈ ਕਰਨਾ ਕਿ ਲੋਕਾਂ ਤੋਂ ਸਰਟੀਫਿਕੇਟ ਲੈ ਕੇ ਕੀ ਕਰਨਾ ਲੋਕਾਂ ਨੇ ਤਾਂ ਸਾਨੂੰ ਜੇ ਚੰਗਾ ਕਰੋ ਤਾਂ ਵੀ ਮਾੜਾ ਕਹਿਣਾ ਉੱਦਾਂ ਹੀ ਮਾੜਾ ਕਹਿਣਾ ਇਸ ਲਈ ਨਜ਼ਾਰੇ ਲਿਆ ਕਰੋ ਜਿੱਥੇ ਦਿਲ ਘਰਦਾ ਕਰਦਾ ਹੁੰਦਾ ਘੁੰਮ ਫਿਰ ਕੇ ਆਇਆ ਕਰੋ ਆਹ ਨਜ਼ਾਰੇ ਆਪਾਂ ਕੰਮ ਕਰ ਜੋ ਆਪਣਾ ਵਕਤ ਕੱਢੋ ਆਪਣੀ ਜ਼ਿੰਦਗੀ ਵੀ ਜੀਆ ਕਰੋ ਕੰਮ ਕਾਰ ਵੀ ਜ਼ਰੂਰੀ ਆ ਪਰ ਇਹ ਲਾਈਫ ਦੇ ਪਲ ਵੀ ਮੁੜ ਕੇ ਫੇਰ ਨਹੀਂ ਆਉਂਦੇ ਇਸ ਲਈ ਚਿੱਲ ਕਰੋ ਨਜ਼ਾਰੇ ਲਿਆ ਕਰੋ ਬਾਬੇ ਟੈਚੀ ਤਾਂ ਇੱਦਾਂ ਭਰਿਆ ਜਿੱਦਾਂ ਮਹੀਨੇ ਨੇ ਰਹਿਣਾ ਹੁੰਦਾ ਆਪਾਂ ਇੱਥੇ ਆਹ ਦੇ ਕਨੋਰੀ ਟੋਪੀ ਪਾ ਕੇ ਮਨੀ ਜੀ ਘੁੰਮ ਰਹੇ ਆ ਉਹ ਇੱਦਾਂ ਪਾ ਕੇ ਚੱਲਦਾ ਕੀ ਪਤਾ ਕੋਈ ਡਿਸਕਾਊਂਟ ਦੇ ਦੇਵੇ ਹੈ ਓਏ ਕਨੋਰਾ ਸਮਝ ਕੇ ਲੋ ਵੀ ਹੁਣ ਦੋਨੋਂ ਜਾਣੇ ਹੋ ਗਏ ਰੈਡੀ ਤੇ ਹੁਣ ਚੱਲੇ ਆ ਮਨਾਲੀ ਘੁੰਮਣ ਦੇਖਦੇ ਆ ਸ਼ਾਮ ਦਾ ਵਿਊ ਕਿਆ ਚਲੋ ਚਲੋ ਮਿੱਤਰੋ ਆ ਜਾਓ ਹੁਣ ਅਸੀਂ ਚੱਲੇ ਆ ਹਡਿੰਬਾ ਟੈਂਪਲ ਸਾਹ ਚੜ ਗਏ ਇੱਕ ਤੱਕ ਬਹੁਤ ਹਾਈਟ ਤੇ ਆ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਦਰਖਤ ਹੀ ਦਰਖਤ ਆ ਨੇਚਰ ਦੇ ਵਿੱਚ ਬਣਿਆ ਪਿਆ ਰੋਡ ਬਹੁਤ ਘੈਂਟ ਆ ਏਦਾਂ ਦਾ ਕਲਪੇ ਦੇ ਵਿੱਚ ਵੀ ਸੀਗਾ ਬਾਕੀ ਤੁਹਾਨੂੰ ਉੱਪਰ ਜਾ ਕੇ ਮੰਦਰ ਦਿਖਾਉਂਦੇ ਆ ਹਜੇ ਤਾਂ ਟਾਈਮ ਬਹੁਤ ਲੱਗਣਾ ਮੰਦਿਰ ਆ ਗਏ ਆ ਦੇਖੋ ਕਿੰਨਾ ਸ਼ਾਂਤ ਮਾਹੌਲ ਹੈ ਵਧੀਆ ਲੋਈ ਚੱਕਰ ਮੰਦਿਰ ਖਰਗੋਸ਼ ਕਿੱਡੇ ਕਿੱਡੇ ਬਾਬੇ ਦੇਖ ਉਹ ਦੇਖ ਆਂਟੀ ਨੇ ਚੱਕਿਆ ਖਰਗੋਸ਼ ਬਾਬੇ ਲੋਕੇਸ਼ਨ ਦੇਖ ਕਿੰਨੀ ਘੈਂਟ ਮੰਦਿਰ ਦੇਖ ਕਿੰਨਾ ਸੋਹਣਾ ਮਨੀ ਰਾਤ ਹੋ ਗਈ ਹੁਣ ਆਪਾਂ ਨੂੰ ਜਾਣਾ ਪੈਣਾ ਪਤਾ ਨੀ ਬਾਬੇ ਇੱਕਦਮ ਹੀ ਦੇਖ ਲਾ ਕਿੰਨੇ ਸਾਰੇ ਆ ਗਏ ਸੰਗ ਨੀ ਸਕੂਲ ਦਾ ਬਾਗਾ ਸਕੂਲ ਦਾ ਟ੍ਰਿਪ ਹੈ ਨਾ ਦੇਖ ਤਾਂ ਨਿਆਣੇ ਕਿੱਦਾਂ ਆਪਾਂ ਨੂੰ ਟ੍ਰਿਪ ਲੈ ਜਾਣ ਵੇਲੇ ਸਕੂਲ ਵਾਲੇ ਲੈ ਕੇ ਨੀ ਜਾਂਦੇ ਸੀ ਇੱਥੇ ਦੇਖ ਕਿੱਦਾਂ ਸਹੀ ਗੱਲ ਆ ਨਹੀਂ ਆਪਾਂ ਤਾਂ ਸਕੂਲ ਟਾਈਮ ਤਰਸਦੇ ਰਹੇ ਟ੍ਰਿਪ ਨੂੰ ਦੇਖ ਤਾਂ ਨਿਆਣੇ ਐਸ਼ ਕਰਦੇ ਪੂਰੀ ਸਾਨੂੰ ਲੈ ਕੇ ਨੀ ਸਾਡੀ ਤਾਂ ਫੇਰ ਬੈਲ ਮਾਰ ਲਈ ਸੀਗੀ ਹੋਰ ਤੂੰ ਵੀ ਨਾਲੇ ਸੀ ਉਹਨੂੰ ਦਾ ਲੱਗਦਾ ਚੱਲ ਚੱਲ ਬਾਬੇ ਦਰਖਤ ਦੇਖ ਮੈਂ ਘੈਂਟ ਬਾਬੇ ਵੀਡੀਓ ਦੇ ਚੱਕਰ ਚ ਮਾਨੀ ਕਿ ਪਤਾ ਨੀ ਕਿੱਥੇ ਚੱਲ ਗਿਆ ਮੈਨੂੰ ਤਾਂ ਕਹਿੰਦਾ ਸੀ ਇੱਥੇ ਬੈਠਾ ਹੁਣ ਲੱਭਦਾ ਯਾਰ ਇੱਕ ਤਾਂ ਨਿਆਣਿਆਂ ਨੇ ਲਿਆ ਕੇ ਇਹੀ ਪੰਗਾ ਰਹਿੰਦਾ ਕਿੱਥੇ ਆ ਉਹ ਆਹ ਮਿਲ ਗਿਆ ਉਹ ਤੂੰ ਕਿੱਥੇ ਸੀਗਾ ਮੈਂ ਤੈਨੂੰ ਲੱਭੀ ਜਾਂਦਾ ਮੈਨੂੰ ਹੀ ਦੇਖਦਾ ਜਾਦਾ ਤੇਰੀਆਂ ਹਰਕਤਾਂ ਹੀ ਦੇਖਦਾ ਲੈ ਹੁਣ ਵਲੌਗ ਤਾਂ ਬਣਾਉਣਾ ਹੀ ਆ ਜਾਂ ਜਨਤਾ ਨੂੰ ਕਹਿ ਹੀ ਦਿੱਤਾ ਆਪਾਂ ਬਣਾਉਣਾ ਵਾ ਹੋਰ ਫਿਰ ਖਾਧਾ ਕੁਛ ਮੇਰੇ ਬੱਚੇ ਨੇ ਲਓ ਵੀ ਬਾਬੇ ਰੌਣਕਾਂ ਤੁਸੀਂ ਦੇਖੋ ਕੋਈ ਇੱਧਰੋਂ ਆਈ ਜਾਂਦਾ ਕੋਈ ਇੱਧਰੋਂ ਆਈ ਜਾਂਦਾ ਚਹਿਲ ਪਹਿਲ ਪੂਰੀ ਆ ਮਾਲ ਰੋਡ ਤੇ ਮੈਂ ਤਾਂ ਇੱਕ ਗੱਲ ਸੋਚਦਾ ਜਿੰਨੇ ਬੰਦੇ ਥੱਲੇ ਨੂੰ ਜਾਂਦੇ ਉਨੇ ਬੰਦੇ ਉੱਪਰ ਨੂੰ ਜਾਈ ਜਾਂਦੇ ਸਾਲੇ ਆ ਜਾ ਕਿੱਧਰ ਨੂੰ ਰਹੇ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਹੁਣ ਬਾਬੇ ਸਿੱਧਾ ਜਿਹਾ ਰੋਡ ਆ ਇਹਨੂੰ ਮਾਲ ਰੋਡ ਕਹਿੰਦੇ ਹੋਰ ਯਾਰ ਮੈਨੂੰ ਤਾਂ ਕੋਈ ਖਾਸ ਨਹੀਂ ਲੱਗਾ ਏਦਾਂ ਲੱਗਦਾ ਜਿੱਦਾਂ ਬਾਬੇ ਤੇ ਆਏ ਹੁੰਦੇ ਆਪਾਂ ਜਨਤਾ ਦੇ ਉੱਤੇ ਕਹੀ ਜਾਂਦੀ ਆ ਹੈ ਇੱਕ ਭਰਾਵਾ ਇੱਥੇ ਤੈਨੂੰ ਪਤਾ ਐਸੀ ਬਾਬੇ ਇੰਨੇ ਲੋਕਾਂ ਕੋਲ ਪੁੱਛਿਆ ਕਿ ਸਾਨੂੰ ਹੈ ਨਾ ਆਰਟ ਗੈਲਰੀ ਦੱਸ ਦੋ ਤੇਰੀ ਸ਼ਕਲ ਦੇਖ ਕੇ ਨਹੀਂ ਦੱਸਿਆ ਕੋਈ ਬਾਬੇ ਕੋਈ ਗਲਤ ਦੱਸੀ ਜਾਂਦਾ ਕੋਈ ਇੱਧਰ ਸਭ ਪੈਸੇ ਦੀ ਖੇਡਾਂ ਪੈਸੇ ਦੇ ਬਿਨਾਂ ਕੋਈ ਮਤਲਬ ਦੀ ਦੁਨੀਆ ਇੱਥੇ ਯਾਰ ਫਾਇਦਾ ਨਹੀਂ ਕੋਈ ਆਹ ਤਾਂ ਮੈਨੂੰ ਇੰਨਾ ਖਾਸ ਨਹੀਂ ਲੱਗਾ
ਕੁਛ ਹੈ ਹੀ ਨਹੀਂ ਹੈਗਾ ਤੇ ਉੱਦੇ ਘੁੰਮੀ ਜਾਂਦੀ ਯਾਰ ਮੰਦਰ ਜੀ ਆਹੋ ਆਰਟ ਗੈਲਰੀ ਆ ਆਰਟ ਗੈਲਰੀ ਬਸ ਹੋਰ ਕੁਛ ਹੈ ਨਹੀਂ ਓਲਡ ਮਨਾਲੀ ਆ ਆ ਬਸ ਇਦਾਂ